ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਰਿੰਦਰ ਕੰਬੋਜ ਤੇ ਅੱਜ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਉਹਨਾਂ ਨੇ 3 ਨਜਾਇਜ਼ ਪਿਸਤਲ ਤੇ 4 ਅਪਰਾਧੀਆਂ ਨੂੰ ਹਿਰਾਸਤ ਵਿੱਚ ਲਿਆ। ਮੇਰੇ ਨਾਲ ਇਸ ਵੇਲੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਪਹਿਲਾਂ ਤਾਂ ਮੁੱਢਲੀ ਜਿਹੜੀ ਫੌਰੀ ਜਿਹੜੀ ਇਨਵੈਸਟੀਗੇਸ਼ਨ ਸੀ ਉਹਦੇ ਵਿੱਚ ਕੀ ਕੀ ਸਾਹਮਣੇ ਆਇਆ ਹੈ? ਇੱਕ ਜੱਸਾ, ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ। 10-15 ਦਿਨ ਤੋਂ ਆਪਾਂ ਲੱਗੇ ਹੋਏ ਸੀਗੇ। ਇੱਕ ਜੱਸਾ ਕਰਕੇ ਵਿਅਕਤੀ ਫੜਿਆ ਗਿਆ ਹੈ ਜਿਹੜਾ ਹਰੀਕੇ ਦਾ ਰਹਿਣ ਵਾਲਾ ਅਤੇ 48 ਸਾਲ ਦੀ ਉਮਰ ਹੈ। 17 ਪਰਚੇ ਦਰਦ ਹੈ ਇਹਦੇ 'ਤੇ ਅਤੇ ਇਹ ਲੰਡੇ ਦੇ ਓਪੋਜ਼ਿਟ, ਲਖਵੀ ਲੰਡੇ ਦੇ ਓਪੋਜ਼ਿਟ ਗਰੁੱਪ ਦਾ ਸੀਗਾ। ਫਿਸ਼ਰੀਜ਼ ਨੂੰ ਲੈ ਕੇ ਆਪਸ 'ਚ ਲੰਡੇ ਨਾਲ ਇਹਦੀ ਕਹਾਸੁਣੀ ਹੋ ਗਈ ਸੀਗੀ। ਅਤੇ ਲੰਡੇ ਨੇ ਇਹਦੇ ਫਸਟ ਕਜ਼ਨ ਨੂੰ 1.5 ਮਹੀਨਾ ਪਹਿਲਾਂ ਐਲੀਮੀਨੇਟ ਕਰਵਾਇਆ ਸੀਗਾ ਜਿਹੜੇ ਤਰਨ ਤਾਰਨ 'ਚ। ਉਹ ਬੰਦੇ ਵੀ ਫੜੇ ਗਏ ਸੀਗੇ। ਜੱਸਾ ਜਿਹੜਾ ਹੈ ਇਹ ਜੇਲ੍ਹ ਤੋਂ ਰਹਿ ਕੇ, ਜੇਲ੍ਹ ਵਿੱਚੋਂ, ਜੇਲ੍ਹ 'ਚ ਰਹਿ ਕੇ ਆਇਆ। ਅਕ੍ਰੋਸ ਦਾ ਬੋਰਡਰ ਇਹਦੇ ਲਿੰਕਸ ਵੀ ਬਣ ਗਏ ਸੀਗੇ ਅਤੇ 6 ਵਾਰ ਇਹਨੇ ਡਰੋਨ ਤੋਂ ਵੈਪਨ ਅਤੇ ਡਰੱਗਸ ਮੰਗਵਾਏ ਹੈ। ਇਹਦੇ 2 ਐਸੋਸੀਏਟ ਸੀਗੇ, ਉਹ ਵੀ ਫੜੇ ਗਏ ਹੈ ਅਤੇ ਓਪਰੇਸ਼ਨ ਇਜ਼ ਸਟਿਲ ਗੋਇੰਗ ਔਨ। ਇਹਨਾਂ ਤੋਂ ਬਰਾਮਦਗੀ ਹੋਈ ਹੈ 32 ਬੋਰ ਦੇ 2 ਪਿਸਟਲ ਹੈ, ਕੁਛ ਰਾਊਂਡਸ ਹੈ, ਲਾਈਵ ਰਾਊਂਡਸ, ਅਤੇ 30 ਬੋਰ ਦਾ ਸਟਾਰ ਪਿਸਟਲ ਹੈ। ਅਤੇ ਇਹ ਪਲਾਨ ਕਰ ਰਹੇ ਸੀਗੇ ਆਪਣੇ ਐਸੋਸੀਏਟਸ ਨਾਲ ਲੰਡੇ ਦੇ 3 ਐਸੋਸੀਏਟਸ ਨੂੰ ਐਲੀਮੀਨੇਟ ਕਰਨ ਲਈ। ਯਾਨੀ ਉਸੇ ਮਾਮਲੇ ਦੇ ਵਿੱਚ ਜਿਹੜਾ ਲੰਡੇ ਨੇ ਇਹਦੇ ਬ੍ਰਦਰ ਨੂੰ, ਕਜ਼ਨ ਬ੍ਰਦਰ ਨੂੰ ਮਰਵਾਇਆ ਸੀ, ਉਸੇ ਨੂੰ ਲੈ ਕੇ ਬਦਲਾ ਲੈਣ ਦੀ? ਜੀ ਜੀ ਅੱਛਾ ਸਰ, ਇੱਕ ਹੋਰ ਚੀਜ਼ ਸੀਗੀ, ਲੰਡਾ ਅਤੇ ਜੱਸਾ ਆਪਸ 'ਚ ਕਾਫੀ ਪਹਿਲਾਂ ਆਪਸ 'ਚ ਇਕੱਠੇ ਰਹੇ ਨੇ, ਕੀ ਕਾਰਨ ਸੀਗਾ ਵੀ ਇਹਨਾਂ ਦਾ ਜਿਹੜੀ ਆਪਸੀ ਫਿੱਕ ਪਈ? ਜਿਹੜਾ ਹਰੀਕੇ ਦਾ ਠੇਕਾ ਹੁੰਦਾ ਹੈ, ਫਿਸ਼ਿੰਗ ਦਾ ਠੇਕਾ ਜੋ ਹੁੰਦਾ ਹੈ, ਉਹਨੂੰ ਲੈ ਕੇ ਹੋ ਗਈ ਸੀਗੀ ਇਹਨਾਂ ਦੀ ਆਪਸ 'ਚ। ਹੁਣ ਸਰ ਕਿੰਨੇ ਦਿਨ ਦਾ ਰਿਮਾਂਡ ਲਿਆ? ਕਿ 3 ਦਿਨ ਦਾ ਹੈ ਓਪਰੇਸ਼ਨ, ਸਟਿਲ ਗੋਇੰਗ ਔਨ, ਕੋਈ ਨਈ ਚੀਜ਼ ਹੋਊਗੀ ਤੁਹਾਨੂੰ ਦੱਸ ਦਿੰਦਾ। ਠੀਕ ਹੈ, ਥੈਂਕ ਯੂ। ਤਾਂ ਸਵਪਨ ਸ਼ਰਮਾ ਵੱਲੋਂ ਸਾਫ਼ ਕੀਤਾ ਗਿਆ ਕਿ ਕੀ ਉਹਨਾਂ ਕੋਲ ਬਰਾਮਦਗੀ ਹੋਈ ਹੈ ਅਤੇ ਕਿੰਨਾ ਉਹਨਾਂ ਦਾ ਰਿਮਾਂਡ ਲਿਆ ਹੈਗਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨਵੀਂ ਅਪਡੇਟ ਨਿਕਲ ਕੇ ਆਉਂਦੀ ਹੈ ਉਹ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਰਹਾਂਗੇ। ਤਦ ਤੱਕ ਦਿਓ ਮੈਨੂੰ ਇਜਾਜ਼ਤ, ਧੰਨਵਾਦ। ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ, ਮੈਂ ਸੁਰਿੰਦਰ ਕੰਬੋਜ ਤੇ ਅੱਜ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਉਹਨਾਂ ਨੇ 3 ਨਜਾਇਜ਼ ਪਿਸਤਲ ਤੇ 4 ਅਪਰਾਧੀਆਂ ਨੂੰ ਹਿਰਾਸਤ ਵਿੱਚ ਲਿਆ। ਮੇਰੇ ਨਾਲ ਇਸ ਵੇਲੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਪਹਿਲਾਂ ਤਾਂ ਮੁੱਢਲੀ ਜਿਹੜੀ ਫੌਰੀ ਜਿਹੜੀ ਇਨਵੈਸਟੀਗੇਸ਼ਨ ਸੀ ਉਹਦੇ ਵਿੱਚ ਕੀ ਸਾਹਮਣੇ ਆਇਆ ਹੈਗਾ? ਇੱਕ ਜੱਸਾ, ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ। 10-15 ਦਿਨ ਤੋਂ ਆਪਾਂ ਲੱਗੇ ਹੋਏ ਸੀਗੇ। ਇੱਕ ਜੱਸਾ ਕਰਕੇ ਵਿਅਕਤੀ ਫੜਿਆ ਗਿਆ ਹੈ ਜਿਹੜਾ ਹਰੀਕੇ ਦਾ ਰਹਿਣ ਵਾਲਾ ਅਤੇ 48 ਸਾਲ ਦੀ ਉਮਰ ਹੈ। 17 ਪਰਚੇ ਦਰਦ ਹੈ ਇਹਦੇ 'ਤੇ ਅਤੇ ਇਹ ਲੰਡੇ ਦੇ ਓਪੋਜ਼ਿਟ, ਲਖਵੀ ਲੰਡੇ ਦੇ ਓਪੋਜ਼ਿਟ ਗਰੁੱਪ ਦਾ ਸੀਗਾ। ਫਿਸ਼ਰੀਜ਼ ਨੂੰ ਲੈ ਕੇ ਆਪਸ 'ਚ ਲੰਡੇ ਨਾਲ ਇਹਦੀ ਕਹਾਸੁਣੀ ਹੋ ਗਈ ਸੀਗੀ। ਅਤੇ ਲੰਡੇ ਨੇ ਇਹਦੇ ਫਸਟ ਕਜ਼ਨ ਨੂੰ 1.5 ਮਹੀਨਾ ਪਹਿਲਾਂ ਐਲੀਮੀਨੇਟ ਕਰਵਾਇਆ ਸੀਗਾ ਜਿਹੜੇ ਤਰਨ ਤਾਰਨ 'ਚ। ਉਹ ਬੰਦੇ ਵੀ ਫੜੇ ਗਏ ਸੀਗੇ। ਜੱਸਾ ਜਿਹੜਾ ਹੈ ਇਹ ਜੇਲ੍ਹ ਤੋਂ ਰਹਿ ਕੇ, ਜੇਲ੍ਹ ਵਿੱਚੋਂ, ਜੇਲ੍ਹ 'ਚ ਰਹਿ ਕੇ ਆਇਆ। ਅਕ੍ਰੋਸ ਦਾ ਬੋਰਡਰ ਇਹਦੇ ਲਿੰਕਸ ਵੀ ਬਣ ਗਏ ਸੀਗੇ ਅਤੇ 6 ਵਾਰ ਇਹਨੇ ਡਰੋਨ ਤੋਂ ਵੈਪਨ ਅਤੇ ਡਰੱਗਸ ਮੰਗਵਾਏ ਹੈ। ਇਹਦੇ 2 ਐਸੋਸੀਏਟ ਸੀਗੇ, ਉਹ ਵੀ ਫੜੇ ਗਏ ਹੈ ਅਤੇ ਓਪਰੇਸ਼ਨ ਇਜ਼ ਸਟਿਲ ਗੋਇੰਗ ਔਨ। ਇਹਨਾਂ ਤੋਂ ਬਰਾਮਦਗੀ ਹੋਈ ਹੈ 32 ਬੋਰ ਦੇ 2 ਪਿਸਟਲ ਹੈ, ਕੁਛ ਰਾਊਂਡਸ ਹੈ, ਲਾਈਵ ਰਾਊਂਡਸ, ਅਤੇ 30 ਬੋਰ ਦਾ ਸਟਾਰ ਪਿਸਟਲ ਹੈ। ਅਤੇ ਇਹ ਪਲਾਨ ਕਰ ਰਹੇ ਸੀਗੇ ਆਪਣੇ ਐਸੋਸੀਏਟਸ ਨਾਲ ਲੰਡੇ ਦੇ 3 ਐਸੋਸੀਏਟਸ ਨੂੰ ਐਲੀਮੀਨੇਟ ਕਰਨ ਲਈ। ਯਾਨੀ ਉਸੇ ਮਾਮਲੇ ਦੇ ਵਿੱਚ ਜਿਹੜਾ ਲੰਡੇ ਨੇ ਇਹਦੇ ਬ੍ਰਦਰ ਨੂੰ, ਕਜ਼ਨ ਬ੍ਰਦਰ ਨੂੰ ਮਰਵਾਇਆ ਸੀ, ਉਸੇ ਨੂੰ ਲੈ ਕੇ ਬਦਲਾ ਲੈਣਗੇ? ਜੀ ਜੀ।
ਅੱਛਾ ਸਰ, ਇੱਕ ਹੋਰ ਚੀਜ਼ ਸੀਗੀ, ਲੰਡਾ ਤੇ ਜੱਸਾ ਆਪਸ 'ਚ ਕਾਫੀ ਪਹਿਲਾਂ ਆਪਸ 'ਚ ਇਕੱਠੇ ਰਹੇ ਨੇ, ਕੀ ਕਾਰਨ ਸੀਗਾ ਵੀ ਇਹਨਾਂ ਦਾ ਜਿਹੜੀ ਆਪਸੀ ਫਿੱਕ ਪਈ? ਜਿਹੜਾ ਹਰੀਕੇ ਦਾ ਠੇਕਾ ਹੁੰਦਾ ਹੈ, ਫਿਸ਼ਿੰਗ ਪੁਆਇੰਟ ਜਿਹੜਾ, ਫਿਸ਼ਿੰਗ ਦਾ ਠੇਕਾ ਜੋ ਹੁੰਦਾ ਹੈ, ਉਹਨੂੰ ਲੈ ਕੇ ਹੋ ਗਈ ਸੀ ਇਹਨਾਂ ਦੀ ਆਪਸੀ ਕਾਫੀ। ਹੁਣ ਸਰ ਕਿੰਨੇ ਦਿਨ ਦਾ ਰਿਮਾਂਡ ਲਿਆ ਕਿ? ਰਿਮਾਂਡ 3 ਦਿਨ ਦਾ ਹੈ, ਓਪਰੇਸ਼ਨ ਸਟਿਲ ਗੋਇੰਗ ਔਨ, ਕੋਈ ਨਈ ਚੀਜ਼ ਹੋਗੀ ਤੁਹਾਨੂੰ ਦੱਸ ਦੇਵਾਂਗੇ। ਠੀਕ ਹੈ, ਥੈਂਕ ਯੂ। ਤਾਂ ਸਵਪਨ ਸ਼ਰਮਾ ਵੱਲੋਂ ਸਾਫ਼ ਕੀਤਾ ਗਿਆ ਕਿ ਕੀ ਉਹਨਾਂ ਕੋਲ ਬਰਾਮਦਗੀ ਹੋਈ ਹੈ ਤੇ ਕਿੰਨਾ ਉਹਨਾਂ ਦਾ ਰਿਮਾਂਡ ਲਿਆ ਹੈਗਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨਵੀਂ ਅਪਡੇਟ ਨਿਕਲ ਕੇ ਆਉਂਦੀ ਹੈ ਉਹ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਰਹਾਂਗੇ। ਤਦ ਤੱਕ ਕਰਦੇ ਹੋ ਮੈਨੂੰ ਇਜਾਜ਼ਤ, ਧੰਨਵਾਦ।